Luciana! Jindabad! We want justice! We want justice! Jindabad! Jindabad! ਥਾਪੀ ਇੱਕ ਚੋਰ ਦਾ ਤੇ ਲਿਉਂਦੀ ਆ ਬਾਈ ਮਾ ਚੋਰ ਸੀ ਥਾਪੀ ਮਾਰਦਾ ਸੀ ਸਿੱਧੂ ਦੀ ਇੱਕ ਥਾਪੀ ਰੋਕ ਦੋ ਲੱਖਾਂ ਥਾਪੀਆਂ ਬਚਣ ਗਿਆ ਐ ਬਚਣ ਗਿਆ ਰੋਕੇ ਦੇਖੇ ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਘਾ ਨਿੱਘਾ ਸਵਾਗਤ ਹੈ ਜੀ। ਸੋ ਪਿਛਲੇ ਦਿਨੀ ਇੱਕ ਬਹੁਤ ਹੀ ਦਰਦਨਾਕ ਭਿਆਨਕ ਜੋ ਹੱਤਿਆ ਕੀਤੀ ਗਈ ਹੈ ਸਿੱਧੂ ਮੂਸੇਵਾਲਾ ਦੀ, ਸੋ ਉਸ ਸੰਬੰਧ ਦੇ ਵਿੱਚ ਅੱਜ ਕੁਰਾਲੀ ਸ਼ਹਿਰ ਦੇ ਵਿੱਚ ਪੂਰੇ ਜੋ ਨੌਜਵਾਨ ਨੇ ਉਹਨਾਂ ਦੇ ਵੱਲੋਂ ਇਹ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਸਿੱਧੂ ਮੂਸੇਵਾਲੇ ਦੀ ਸ਼ਰਧਾਂਜਲੀ ਨੂੰ ਲੈ ਕੇ। ਅਤੇ ਆਓ ਆਪਾਂ ਇੱਥੇ ਗੱਲਬਾਤ ਕਰਦੇ ਹਾਂ, ਜੋ ਕੁਝ ਮੁੱਖ ਸ਼ਖਸੀਅਤਾਂ ਵੀ ਪਹੁੰਚੀਆਂ ਨੇ ਅਤੇ ਜੋ ਇਹ ਨੌਜਵਾਨ ਨੇ ਇਹਨਾਂ ਦੇ ਨਾਲ ਗੱਲਬਾਤ ਕਰੀਏ। ਸਾਡਾ ਪੰਜਾਬ ਸਰਕਾਰ ਨੂੰ ਸਿਰਫ ਇੱਕ ਹੀ ਸਵਾਲ ਹੈ ਕਿ ਜੋ ਸਿੱਧੂ ਦੀ ਸਿਕਿਉਰਿਟੀ ਹਟਾਈ ਉਹ ਕਿਸ ਬੇਸ 'ਤੇ ਹਟਾਈ, ਕਿ ਉਸ ਦਾ ਭਗਵੰਤ ਮਾਨ ਨੂੰ ਕੀ ਲੱਗਿਆ ਕਿ ਉਹਦੀ ਸਿਕਿਉਰਿਟੀ ਹਟਾ ਦੇਣੀ ਚਾਹੀਦੀ ਹੈ। ਇੱਕ ਦਿਨ ਸਿਕਿਉਰਿਟੀ ਹਟਾਈ, ਦੂਸਰੇ ਦਿਨ ਉਸ 'ਤੇ ਹਮਲਾ ਹੋ ਗਿਆ। ਲੇਕਿਨ ਸਰਕਾਰ ਤਾਂ ਇਹ ਕਹਿ ਰਹੀ ਹੈ ਕਿ ਸਿਕਿਉਰਿਟੀ ਹਟਾਈ ਨਹੀਂ ਹੈ, ਘਟਾਈ ਗਈ ਹੈ। ਸਰ ਦੇਖੋ, ਸਿਰਫ ਦੋ ਗਨਮੈਨ ਦਿੱਤੇ ਉਹਨੂੰ, ਪਹਿਲਾਂ ਕਿੰਨੇ 20 ਸੀ, ਸਿਰਫ ਦੋ ਮਿਲੇ, ਉਹ ਕਟਾਈ ਕਿਆ ਹੋਈ ਕਿ ਹਟਾਈ ਹੋਈ, ਆਪ ਸੋਚੋ। ਬਾਕੀ ਦੂਜੀ ਗੱਲ, ਇਨਸਾਫ ਚਾਹੀਦਾ, ਇਨਸਾਫ ਚਾਹੀਦਾ, ਉਸ ਬੇਸ 'ਤੇ ਆਪਾਂ ਕੱਢ ਰਹੇ ਹਾਂ, ਕੰਡਰ ਵਾਰ 'ਚ ਵੀ ਇਨਸਾਫ ਮਿਲੇ, ਠੀਕ ਹੈ। ਬਸ ਇਹੀ ਬੇਨਤੀ ਸਰਕਾਰ ਨੂੰ, ਜੋ ਵੀ ਹੈ ਸੱਚ ਸਾਹਮਣੇ ਆਵੇ, ਠੀਕ ਹੈ ਜੀ। ਕਿਆ ਨਾਮ ਹੈ? ਰਿਤਿਕਾ ਵਰਮਾ। ਵਰਮਾ ਜੀ, ਅੱਜ ਤੁਹਾਡੇ ਹੱਥ ਦੇ ਵਿੱਚ ਇਹ ਮੋਮਬੱਤੀਆਂ ਜਗਦੀਆਂ ਹੋਈਆਂ ਤੁਸੀਂ ਫੜੀਆਂ ਨੇ, ਕਿਉਂ ਫੜੀਆਂ ਨੇ, ਕੀ ਕਾਰਨ ਹੈ? ਕਿਉਂਕਿ ਜਿਹੜੀ ਸਰਕਾਰਾਂ ਨੇ ਉਹਦੀ ਸਿਕਿਉਰਿਟੀ ਖੋਈ ਹੈ ਮੂਸੇਵਾਲੇ ਦੀ, ਐਵੇਂ ਦਾ ਕਲਾਕਾਰ ਦੁਬਾਰਾ ਤਾਂ ਹੁਣ ਪੰਜਾਬ ਨੂੰ ਮਿਲਣਾ ਨਹੀਂ। ਜੋ ਹੋਇਆ ਬਹੁਤ ਗਲਤ ਹੋਇਆ, ਜਦ ਐਡੇ ਵੱਡੇ ਬੰਦੇ ਉਹਨਾਂ ਨੂੰ ਨਹੀਂ ਸਿਕਿਉਰ ਰੱਖ ਸਕਦੀ ਪੰਜਾਬ ਸਰਕਾਰ, ਤਾਂ ਅਸੀਂ ਤਾਂ ਕੁਛ ਵੀ ਨਹੀਂ। ਜਦ ਐਜ਼ ਅ ਮੇਲ ਉਹ ਸੇਫ ਨਹੀਂ ਹੈ, ਤਾਂ ਐਜ਼ ਅ ਫੀਮੇਲ ਮੈਂ ਤਾਂ ਸੇਫ ਹੈ ਨਹੀਂ। ਅਤੇ ਜੋ ਹੋਇਆ ਬਹੁਤ ਗਲਤ ਹੋਇਆ, ਜਿਵੇਂ ਕਿ ਮੇਰਾ ਫੇਵਰੇਟ ਸਿੰਗਰ ਤਾਂ ਉਹ ਹੈਗੇ ਹੀ ਸੀ, ਪਰ ਉਹ ਆਈਡੀਅਲ ਸੀ, ਜਿਵੇਂ ਕਿ ਪੇਰੈਂਟਸ ਦੀ ਰਿਸਪੈਕਟ ਕਰਨੀ, ਉਹਨਾਂ ਦੇ ਜਿਵੇਂ ਸੌਂਗਸ 'ਚ ਗੰਦ ਨਹੀਂ ਸੀਗਾ ਜਿਵੇਂ ਅੱਜ ਕੱਲ੍ਹ ਦੇ ਸੌਂਗਸ 'ਚ ਹੈ। ਮੈਂ ਤਾਂ ਇਹ ਕਹੂੰਗੀ ਵੀ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ, ਚਾਹੇ ਉਹ ਵੀ ਨੇਤਾ ਹੈ ਜਿਹਨੇ ਵੀ ਇਹ ਕਰਵਾਇਆ, ਪਰ ਉਹਨੂੰ ਇਨਸਾਫ ਮਿਲਣਾ ਚਾਹੀਦਾ ਸਿੱਧੂ ਮੂਸੇਵਾਲੇ। ਹਾਂਜੀ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਿੱਧੂ ਮੂਸੇਵਾਲੇ ਜੀ ਨੂੰ ਬੜੀ ਬੇਰਹਿਮੀ ਨਾਲ ਦਿਨ ਦਿਹਾੜੇ ਇੱਕ ਚੱਲਦੀ ਗੱਡੀ ਦੇ ਵਿੱਚ ਨਿਹੱਥੇ ਰੂਪ ਵਿੱਚ, ਉਹਨਾਂ ਦੀ ਸਿਕਿਉਰਿਟੀ ਉਹਨਾਂ ਦੇ ਨਾਲ ਨਹੀਂ ਸੀ, ਕਿਉਂਕਿ ਉਹਨਾਂ ਨੇ ਸੋਚਿਆ ਕਿ ਮੇਰਾ ਆਪਣਾ ਹੀ ਪਿੰਡ ਹੈ, ਮੇਰੇ ਆਪਣੇ ਪਿੰਡ ਦੇ ਵਿੱਚ ਮੈਨੂੰ ਕਾਹਦਾ ਖਤਰਾ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ, ਅਸੀਂ ਆਪਣੇ ਘਰਾਂ 'ਚ ਬੈਠੇ ਹੁੰਦੇ ਹਾਂ ਤਾਂ ਸਾਨੂੰ ਆਪਣੇ ਘਰਾਂ ਦੇ ਵਿੱਚ ਕਿਸੇ ਦਾ ਕੋਈ ਡਰ ਨਹੀਂ ਹੁੰਦਾ, ਅਤੇ ਮੂਸੇਵਾਲਾ ਜੀ ਦੇ ਦਿਮਾਗ ਵਿੱਚ ਵੀ ਇਹੀ ਸੀਗਾ ਕਿ ਮੈਨੂੰ ਕੋਈ ਡਰ ਨਹੀਂ। ਉਹ ਇੱਕ ਗੱਡੀ ਵਿੱਚ ਨਿਹੱਥੇ ਤੌਰ 'ਤੇ ਜਾ ਰਹੇ ਸੀ ਤਾਂ ਸਾਹਮਣੇ ਤੋਂ ਉਹਨਾਂ 'ਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ। ਤਾਂ ਪੰਜਾਬ ਸਰਕਾਰ ਨੂੰ ਮੈਂ ਆਪਣੇ ਦੋਨੇ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਜਿਹੜੇ ਕਾਤਲ ਹੈ ਉਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ, ਕਿ ਜਿਵੇਂ ਕਿ ਅਸੀਂ ਵੀਡੀਓ ਦੇ ਵਿੱਚ ਦੇਖ ਰਹੇ ਹਾਂ ਉਹ ਬੰਦੇ ਸਾਨੂੰ ਸਾਫ਼ ਤੌਰ 'ਤੇ ਨਜ਼ਰ ਆ ਰਹੇ ਨੇ ਕਿ ਉਹ ਕੌਣ ਨੇ। ਤਾਂ ਉਹਨਾਂ ਦੀ ਪਛਾਣ ਕਰਕੇ ਉਹਨਾਂ ਨੂੰ ਲੱਭ ਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਅਰੈਸਟ ਕੀਤਾ ਜਾਵੇ ਅਤੇ ਉਹਨਾਂ ਨੂੰ ਭਿਆਨਕ ਤੋਂ ਭਿਆਨਕ ਸਜ਼ਾ ਦਿੱਤੀ ਜਾਵੇ, ਕਿ ਜਿਵੇਂ ਉਹਨਾਂ ਨੇ ਗੋਲੀਆਂ ਨਾਲ ਮੂਸੇਵਾਲੇ ਨੂੰ ਉਡਾਇਆ ਉਹਨਾਂ ਨੂੰ ਵੀ ਇਹੋ ਜਿਹੀ ਸਜ਼ਾ ਦਿੱਤੀ ਜਾਵੇ, ਨਾ ਕਿ ਕੋਰਟ ਉਹਨਾਂ ਨੂੰ ਜੇਲ੍ਹ ਦੇ ਅੰਦਰ ਬੰਦ ਕਰੇ। ਉਹਨਾਂ ਨੂੰ ਪੂਰੀ ਜਨਤਾ ਦੇ ਸਾਹਮਣੇ ਇਹੋ ਜਿਹੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਜਿਹੜੇ ਸਿੱਧੂ ਦੇ ਮਾਂ ਬਾਪ ਹੈ ਉਹਨਾਂ ਨੂੰ ਇਨਸਾਫ਼ ਦਿੱਤਾ ਜਾਵੇ ਅਤੇ ਜਲਦੀ ਤੋਂ ਜਲਦੀ ਇਨਸਾਫ਼ ਦਿੱਤਾ ਜਾਵੇ। ਜਿਵੇਂ ਕਿ ਅਸੀਂ ਦੇਖ ਰਹੇ ਹਾਂ ਅੱਜ ਉਹ ਸਾਡੇ ਜਿਹੜੇ ਹੋਮ ਮਿਨਿਸਟਰ ਹੈ ਅਮਿਤ ਸ਼ਾਹ ਜੀ ਨੂੰ ਚੰਡੀਗੜ੍ਹ ਮਿਲਣ ਗਏ ਸੀ, ਆਪਣੇ ਪੁੱਤਰ ਲਈ ਹੀ ਗਏ ਸੀ, ਉਹਨਾਂ ਨੂੰ ਕੋਈ ਰਾਜਨੀਤੀ ਦਾ ਲਾਲਚ ਨਹੀਂ ਹੈਗਾ। ਤਾਂ ਅਸੀਂ ਤੁਹਾਨੂੰ ਇਹੀ ਬੇਨਤੀ ਕਰਦੇ ਹਾਂ ਕਿ ਸਿੱਧੂ ਮੂਸੇਵਾਲੇ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਇਨਸਾਫ ਮਿਲੇ, ਕਾਤਲਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ। ਧੰਨਵਾਦ। ਜਿੰਦਾਬਾਦ 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 ਜਿੰਦਾਬਾਦ